बहुत मजबूर है, जैसे उनका कर्जा टिकट तो वैसे ना तो कल हुंदी रही। लोग साडे मजाक उड़ाउंदे ने कि वे जान के बैठी है, ਸਾਡੇ ਨਿੱਕੇ ਨਿੱਕੇ ਬੱਚੇ ਨੇ ਜੀ ਰਾਤ ਨੂੰ ਨਰ ਚ ਵੀ ਡਿੱਗ ਸਕਦੇ ਨੇ, ਸਾਨੂੰ ਜਦ ਵੀ ਰਾਖੀ ਕਰਨੀ ਪੈਂਦੀ ਅਸੀਂ ਏਡੇ ਮੱਛਰ ਕਿਹੋ ਕਰਦੇ ਪੈਂਦੇ ਹਾਂ। ਅਸੀਂ ਕੱਲ੍ਹ ਆਪਦੇ ਪੱਲੋਂ ਪੈਸੇ ਸਾਰਾ ਲਾ ਕੇ ਪੱਖੇ ਚਲਾਏ ਨੇ ਰਾਤ ਨੂੰ, ਅਸੀਂ ਬਹੁਤ ਮਜਬੂਰ ਹੋ ਕੇ ਬੈਠੇ, ਸਾਡੇ ਘਰ ਨੂੰ ਡਿੱਗ ਪੈਂਦੇ ਨੀ ਪਾਉਂਦੇ, ਜਾਣੀਆਂ ਕਰ ਕਰਕੇ ਮਸਾਂ ਬਣਾਏ ਤੇ ਘਰ, ਤੇ ਹੁਣ ਆਏ ਹੋ ਰਿਹਾ ਵੀ ਹੁਣ ਕਿਵੇਂ ਬਣਾਵਾਂਗੇ, ਮਹਿੰਗਾਈ ਇੰਨੀ ਹੋ ਰਹੀ ਹੈ, ਪਾਣੀ ਦੇ ਡਰ ਦੇ ਮਾਰੇ ਬੈਠ ਗਏ ਲੈ ਕੇ ਜਵਾਕਾਂ ਨੂੰ, ਇੱਧਰ ਵੀ ਡਰ ਨਹਿਰ ਦੇ ਉੱਤੇ ਤੇ ਪਰਲੇ ਪਾਸੇ ਵੀ ਡਰ ਕਰਾਂਗਾ। ਬਹੁਤ ਮਨ ਔਖਾ ਜੀ, ਬਹੁਤ ਪਹਿਲਾਂ ਬਹੁਤ ਔਖਾ ਨਾਲ ਬਣਾਇਆ ਸੀ, ਆਹ ਦੂਜੀ ਹੁਣ ਵੀ ਜੇ ਤੱਥ ਬਣਦਿਆਂ ਵੀ ਕਾਹਨੂੰ ਆਵੇ ਪਾਣੀ, ਕਾਹਨੂੰ ਆਵੇ, ਪਰਮਾਤਮਾ ਬਸ ਛੱਲਾ ਪਾ ਦੇ। ਦਾਨ ਮਿਊਟ ਦੇਖ ਰਹੇ ਹੋ ਤੁਸੀਂ, ਮੈਂ ਗੁਰਪ੍ਰੀਤ ਸਿੰਘ। ਜਿੱਥੇ ਘੱਗਰ ਦਰਿਆ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾ ਰਿਹਾ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਜਿਹੜੇ ਕੁਝ ਪਿੰਡ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਹੜ੍ਹ ਦਾ ਪਾਣੀ ਆ ਉਹ ਵੱਧ ਚੁੱਕਿਆ, ਉੱਥੇ ਹੀ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਆ, ਤਾਂ ਜਿਹੜੇ ਲੋਕ ਨੇ ਉਹ ਆਪਣਾ ਘਰ ਛੱਡ ਕੇ ਜਾ ਰਹੇ ਨੇ। ਤੇ ਅੱਜ ਮੌਜੂਦ ਆ ਮਾਨਸਾ ਦੇ ਪਿੰਡ ਮੋਫਰ ਦੇ ਵਿੱਚ, ਜਿੱਥੇ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਕਿਸੇ ਵੀ ਸਮੇਂ ਜਿਹੜਾ ਪਾਣੀ ਆ ਉਹ ਪਿੰਡ ਦੇ ਵਿੱਚ ਆ ਸਕਦਾ। ਤਾਂ ਤਸਵੀਰਾਂ ਦਿਖਾ ਦਿੰਦੇ ਹਾਂ ਤੁਹਾਨੂੰ ਉਹਨਾਂ ਪਰਿਵਾਰਾਂ ਦੀਆਂ, ਜਿਹੜੇ ਪਰਿਵਾਰ ਅੱਜ ਆਪਣਾ ਘਰ ਛੱਡ ਕੇ ਨਹਿਰ ਦੇ ਕੰਢੇ ਰਹਿਣ ਦੇ ਲਈ ਮਜਬੂਰ ਨੇ। ਸਾਡੇ ਨਾਲ ਪਿੰਡ ਵਾਸੀ ਨੇ, ਹਰ ਇੱਕ ਦੀ ਅੱਖ ਹੈ ਜੋ ਨਮ ਹੈ, ਕਿਉਂਕਿ ਘਰ ਛੱਡ ਕੇ ਬਹਿਣਾ ਜੋ ਸੌਖਾ ਨਹੀਂ ਹੁੰਦਾ। ਮੈਂ ਤਾਂ ਅੱਜ ਘਰ ਛੱਡ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਹਾਂ। ਬਹੁਤ ਮਸ਼ਹੂਰ ਹੈ, ਜੈਸੇ ਉਹਦਾ ਕਰਜ਼ਾ ਟਿਕਟ ਤੋਂ ਵੈਸੇ ਨਾ ਤੋਂ ਗੱਲ ਹੁੰਦੀ ਰਹੀ, ਲੋਕ ਸਾਡੇ ਮਜ਼ਾਕ ਉਡਾਉਂਦੇ ਨੇ ਕਿ ਵੀ ਜਾਣ ਕੇ ਬੈਠੀ ਹੈ। ਸਾਡੇ ਨਿੱਕੇ ਨਿੱਕੇ ਬੱਚੇ ਨੇ ਜੀ ਰਾਤ ਨੂੰ ਨਰ 'ਚ ਵੀ ਡਿੱਗ ਸਕਦੇ ਨੇ, ਸਾਨੂੰ ਇਹਨਾਂ ਦੀ ਵੀ ਰਾਖੀ ਕਰਨੀ ਪੈਂਦੀ, ਅਸੀਂ ਏਡੇ ਮੱਛਰ ਕਿਹੋ ਕਰਦੇ ਪੈਂਦੇ ਹਾਂ। ਅਸੀਂ ਕੱਲ੍ਹ ਆਪਦੇ ਪੱਲੋਂ ਪੈਸੇ ਸਾਰਾ ਲਾ ਕੇ ਪੱਖੇ ਚਲਾਏ ਨੇ ਰਾਤ ਦੀ, ਅਸੀਂ ਬਹੁਤ ਮਜਬੂਰ ਹੋ ਕੇ ਬੈਠੇ, ਸਾਡੇ ਘਰ ਵੀ ਡਿੱਗ ਪੈਂਦੇ ਨੀ ਪਾਉਂਦੀਆਂ। ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਤਸਵੀਰ ਆ, ਕਾਫੀ ਜ਼ਿਆਦਾ ਉਦਾਸ ਕਰ ਦੇਣ ਵਾਲੀ ਆ। ਮਾਤਾ ਕਿੰਨਾ ਔਖਾ ਹੋ ਜਾਂਦਾ ਜਦੋਂ ਮਿਹਨਤ ਨਾਲ ਬਣਾਏ ਮਜ਼ਦੂਰੀਆਂ ਕਰਕੇ ਘਰ ਡਿੱਗਣ ਕਿਨਾਰੇ, ਜਾਣੀਆਂ ਕਰ ਕਰਕੇ ਮਸਾਂ ਬਣਾਏ ਤੇ ਘਰ, ਤੇ ਹੁਣ ਆਏ ਹੋ ਰਿਹਾ ਵੀ ਹੁਣ ਕਿਵੇਂ ਬਣਾਵਾਂਗੇ, ਮਹਿੰਗਾਈ ਇੰਨੀ ਹੋ ਰਹੀ ਹੈਗੀ। ਹਾਲਾਤ ਕੀ ਹੈ ਜਿਹੜੇ ਪਿੰਡ ਦੇ ਹਾਲਾਤ ਨੇ, ਕੀ ਮਜ਼ਬੂਰੀ ਬਣ ਗਈ ਜਿਹੜਾ ਅੱਜ ਇੱਥੇ ਬੈਠਣਾ ਪੈ ਗਿਆ ਨਹਿਰ ਦੇ ਕੰਢੇ ਤੇ? ਨਹਿਰ ਦੇ ਕੰਢੇ ਡਰਦੇ ਬੈਠ ਗਏ ਪਾਣੀ ਤੋਂ, ਪਾਣੀ ਦੇ ਡਰ ਦੇ ਮਾਰੇ ਬੈਠ ਗਏ ਲੈ ਕੇ ਜਵਾਕਾਂ ਨੂੰ, ਇੱਧਰ ਵੀ ਡਰ ਨਹਿਰ ਦੇ ਉੱਤੇ ਤੇ ਪਰਲੇ ਪਾਸੇ ਵੀ ਡਰ ਕਰਾਂਗਾ ਨਹੀਂ। ਕਿੰਨੇ ਕੁ ਪਰਿਵਾਰ ਨੇ ਮਾਤਾ ਜਿਹੜੇ ਆਪਣਾ ਘਰ ਛੱਡ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਨੇ? ਤੇ ਵਾਧੂ ਪਰਿਵਾਰ ਆ ਬਾਈ ਇੱਥੇ, ਸਾਰਾ ਸਾਰੇ ਪਰਿਵਾਰ ਆ ਸਾਡਾ ਗਰੀਬਾਂ ਦਾ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਰ ਇੱਕ ਦੇ ਚਿਹਰੇ ਦੇ ਉੱਪਰ ਉਦਾਸੀ ਹੈਗੀ। ਤੇ ਮਾਤਾ ਪਹਿਲਾਂ ਵੀ ਅਜਿਹੇ ਹਾਲਾਤ ਬਣੇ ਸੀਗੇ ਕਿ ਜਿਹੜਾ ਇਸ ਆਪਾਂ ਨੂੰ ਰਹਿਣਾ ਪੈ ਗਿਆ, ਘਰ ਛੱਡਣੇ ਪੈ ਗਏ? ਹਾਂ ਪਹਿਲਾਂ ਵੀ ਬੈਠੇ ਰਹੇ ਹਾਂ, ਬਹੁਤ ਸਾਲ ਹੋ ਗਏ ਉਦੋਂ ਬੈਠੇ ਰਹੇ ਹਾਂ, 2 ਮਹੀਨੇ ਮੰਗ ਤੇ ਹੁਣ ਸ਼ਾਇਦ ਹੋ ਗਿਆ ਅੱਜ ਬੈਠਿਆ ਨੂੰ ਘਰ ਬਾਰ ਛੱਡ ਕੇ ਆ ਬੈਠੇ ਹਾਂ। ਦਿੱਤਾ ਬੱਚੇ ਕਿਤੇ ਰੋਂਦੇ ਨੇ, ਆਪ ਕਿਤੇ ਰੋਂਦੇ ਆ। ਪ੍ਰਸ਼ਾਸਨ ਵੱਲੋਂ ਮਾਤਾ ਕੋਈ ਮਦਦ ਭੇਜੀ ਜਾ ਰਹੀ ਹੋਵੇ, ਕੋਈ ਸਮਾਨ ਜਿਹੜਾ ਪ੍ਰਸ਼ਾਸਨ ਵੱਲੋਂ ਮਿਲ ਰਿਹਾ ਤੁਹਾਨੂੰ? ਹਾਂ ਰੋਟੀ ਪਾਣੀ ਮਿਲਦਾ ਜੀ, ਦੇ ਜਾਂਦੇ ਨੇ ਵਿਚਾਰੇ ਆ ਕੇ ਗੁਰੂ ਘਰ ਵਾਲੇ, ਰੋਟੀ ਦਾ ਦੇ ਜਾਂਦੇ ਨੇ, ਖਾ ਲੈਂਦੇ ਦੋ ਢਾਬੇ ਕੁੱਤਾ ਬੈਠੇ ਆ ਜੀ, ਹੋਰ ਸਾਨੂੰ ਕੁਛ ਨਹੀਂ ਮਿਲਦਾ। ਮਾਤਾ ਜਿਹੜੇ ਹਾਲਾਤ ਹੁਣ ਖਰਾਬ ਨੇ ਜਾਂ ਜਦੋਂ ਫਿਰ 93 ਦੇ ਵਿੱਚ ਪਾਣੀ ਆਇਆ ਸੀ ਉਸ ਸਮੇਂ ਜ਼ਿਆਦਾ ਖਰਾਬ ਸੀ? ਖਰਾਬ ਤਾਂ ਹੁਣ ਇਹਨਾਂ ਤੋਂ ਹੋ ਗਏ 5 ਰਾਜ, ਉਦੋਂ ਬੈਠੇ ਰਹੇ ਅਸੀਂ 1 ਮਹੀਨਾ ਇੱਥੇ ਸੰਭੂ ਲਿਆ ਕੇ ਨਹਿਰ 'ਤੇ, ਹੁਣ ਆਹ ਕਾਗਜ਼ ਤਾਣਾ ਰੱਖੇ ਨਾ, ਅਤੇ ਹੁਣ ਸਾਨੂੰ ਹਾਂ ਹੁਣ ਸਾਨੂੰ ਆਹ ਕਾਗਜ਼ ਤਾਣਾ ਰੱਖੀ ਨੂੰ, ਹੁਣ ਸਾਡੇ ਕੋਲ ਤੰਬੂ ਦਾ ਕੰਨਾ ਕੁਛ ਨਹੀਂ, ਆਹ ਬੈਠਿਆ ਪਾ ਹੁਣ ਨਹੀਂ ਅੱਜ। ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮਾਤਾ ਇੱਕ ਪਾਣੀ ਦਾ ਡਰ, ਪਾਣੀ ਦੇ ਡਰ ਤੋਂ ਅੱਜ ਨਹਿਰ ਦੇ ਕੰਢੇ 'ਤੇ ਬੈਠੇ ਹੋ, ਤਾਂ ਨਾਲ ਜਿਹੜੇ ਛੋਟੇ ਛੋਟੇ ਬੱਚੇ ਨੇ, ਫਿਰ ਕਿਵੇਂ ਦੇਖਦੇ ਹੋ ਇੱਕ ਪਾਸੇ ਨਹਿਰ ਦਾ ਖਤਰਾ ਅਤੇ ਦੂਸਰੇ ਪਾਸੇ ਜਿਹੜਾ ਪਾਣੀ ਦਾ? ਔਖਾ ਬਹੁਤ ਭਾਈ, ਦੇਖਣਾ ਗੱਲ ਨਹੀਂ ਹੁੰਦੀ ਭਾਈ, ਸਭ ਤੋਂ ਬਥੇਰਾ ਔਖਾ ਵੀ ਜਵਾਕ ਭੁੱਖੇ। ਕਿੰਨਾ ਕੁ ਔਖਾ ਹੋ ਜਾਂਦਾ ਮਾਤਾ ਜਦੋਂ ਦਿਹਾੜੀਆਂ ਮਜ਼ਦੂਰੀਆਂ ਨਾਲ ਬਣਾਏ ਘਰ ਨੇ ਹਨਾ ਛੱਡਣੇ? ਬਹੁਤ ਜੀ, ਬਹੁਤ ਮਨ ਔਖਾ ਜੀ, ਬਹੁਤ ਪਹਿਲਾਂ ਬਹੁਤ ਔਖਾ ਨਾਲ ਬਣਾਇਆ ਸੀ, ਆਹ ਦੂਜੀ ਹੁਣ ਵੀ ਜੇ ਤੱਥ ਬਣਦਿਆਂ ਵੀ ਕਾਹਨੂੰ ਆਵੇ ਪਾਣੀ, ਕਾਹਨੂੰ ਆਵੇ,
ਪਰਮਾਤਮਾ ਬਸ ਥੱਲਾ ਪਾ ਦੇ। ਪਰ ਬਹੁਤ ਔਖਾ ਹੋ ਜਾਊਗਾ, ਪਹਿਲਾਂ ਮੈਂ ਔਖਾ ਨਾਲ ਬਣਾਏ ਨੇ, ਹੁਣ ਸਾਨੂੰ ਬਹੁਤ ਔਖਾ ਜ਼ਿਆਦਾ ਹੋ ਜਾਊਗਾ। ਕਿਵੇਂ ਅਸੀਂ ਬਣਾਵਾਂਗੇ, ਕਿਵੇਂ ਅਸੀਂ ਹੋਵਾਂਗੇ? ਅੱਬਲੀ ਤਾਂ ਪਹਿਲਾਂ ਨਹਿਰ ਵੀ ਤੋੜਤੀ ਸੀ, ਹੁਣ ਤਾਂ ਨਹਿਰ ਦਾ ਵੀ ਇੰਤਜ਼ਾਮ ਕੀਤੀ ਦਾ। ਹਾਂ, ਪਿੱਛੇ ਪਹਿਲਾਂ ਜੀ ਨਹਿਰ ਤੋੜੀ ਸੀ, ਚੱਲ ਤੋੜਤੀ ਸੀ, ਫਿਰ ਪਾਣੀ ਪਿੰਡ ਦਾ ਕੱਢਿਆ ਸੀ, ਹੁਣ ਨਹਿਰ ਦਾ ਵੀ ਕੋਈ ਸਾਨੂੰ ਹੈ ਹੀ ਨਹੀਂ ਗਾ, ਚਾਨਣ ਹੋ ਜਾਊਗਾ ਵੀ। ਸੋ ਇਹ ਉਹ ਗਰੀਬ ਪਰਿਵਾਰ ਨੇ ਪਿੰਡ ਮੋਫਰ ਦੇ, ਜਿਨ੍ਹਾਂ ਨੂੰ ਮਜਬੂਰੀ ਕਰਕੇ ਨਹਿਰ ਦੇ ਕੰਢੇ ਤੇ ਰਹਿਣਾ ਪੈ ਰਿਹਾ। ਇੱਕ ਪਾਸੇ ਪਾਣੀ ਦਾ ਖਤਰਾ ਜਿਹੜਾ ਘਰਾਂ ਨੂੰ ਬਰਬਾਦ ਕਰਨ ਦੇ ਲਈ ਤਿਆਰ ਆ, ਤਾਂ ਦੂਸਰੇ ਪਾਸੇ ਜਿਹੜੀ ਨਹਿਰ ਹੈ ਉਹ ਵੀ ਖਤਰੇ ਤੋਂ ਘੱਟ ਨਹੀਂ, ਕਿਉਂਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਇਹ ਪਰਿਵਾਰ ਨਾਲ ਲੈ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਨੇ। ਉੱਥੇ ਹੀ ਇਹਨਾਂ ਪਰਿਵਾਰਾਂ ਦਾ ਕਹਿਣਾ ਕਿ ਜਿਹੜੀ ਸਥਿਤੀ ਆ ਉਹਨਾਂ ਦੀ ਬਹੁਤ ਮਾੜੀ ਆ। ਕੈਮਰਾਮੈਨ ਪਵਨ ਦੇ ਨਾਲ ਗੁਰਪ੍ਰੀਤ ਸਿੰਘ ਦਾ ਅਨਮਿਊਟ, ਮਾਨਸਾ।